ਪੰਜਾਬੀਓ ਜਾਗਦੇ ਕੇ ਸੁੱਤੇ ਪੰਜਾਬੀਓ ਜਾਗਦੇ ਕੇ ਸੁੱਤੇ ਸਤਿ ਸ੍ਰੀ ਅਕਾਲ ਦੋਸਤੋ ਸੋ ਮੈਂ ਪ੍ਰੋਗਰਾਮ ਲੈ ਕੇ ਆਇਆ ਨਾ ਪੰਜਾਬੀਓ ਜਾਗਦੇ ਕੇ ਸੁੱਤੇ ਉਮੀਦ ਕਰਦਾ ਕਿ ਤੁਹਾਨੂੰ ਜਿਹੜੇ ਸਾਡੇ ਪਹਿਲੇ ਐਪੀਸੋਡ ਨੇ ਉਹ ਪਸੰਦ ਆਏ ਹੋਣਗੇ ਬਹੁਤ ਸਾਰੇ ਲੋਕਾਂ ਦੀ ਫੀਡਬੈਕ ਜਿਹੜੀ ਹੈ ਉਹ ਆਈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਕਿਸੇ ਕਿਸਮ ਦਾ ਸੁਝਾਅ ਦੇਣਾ ਚਾਹੁੰਦੇ ਹੋ ਕੋਈ ਕਿਸੇ ਖਾਸ ਟਾਪਿਕ ਦੇ ਉੱਤੇ ਕੋਈ ਗੱਲਬਾਤ ਸਾਡੇ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜਰੂਰ ਪਹੁੰਚਾ ਸਕਦੇ ਹੋ tv16toronto@gmail.com ਤੇ ਉੱਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰੋ ਫੋਨ ਦੇ ਰਾਹੀਂ ਵੀ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਵਟਸਐਪ ਕਰ ਸਕਦੇ ਹੋ 6475281016 ਦੇ ਉੱਤੇ ਇਸੇ ਦੇ ਉੱਤੇ ਤੁਸੀਂ ਸਾਨੂੰ ਟੈਕਸ ਮੈਸੇਜ ਜਿਹੜਾ ਹੈ ਉਹ ਕਰ ਸਕਦੇ ਹੋ ਸੋ ਪ੍ਰੋਗਰਾਮ ਹੈ ਜੀ ਪੰਜਾਬੀ ਉਹ ਜਾਗਦੇ ਕਿ ਸੁੱਤੇ ਤਾਂ ਕੱਲ ਮੈਂ ਪ੍ਰੋਗਰਾਮ ਜਿਹੜਾ ਸੀਗਾ ਉਹ ਕੀਤਾ ਸੀ ਆਪਾਂ ਉਸੇ ਹੀ ਟਾਪਿਕ ਨੂੰ ਹਲੇ ਕਿਉਂਕਿ ਕਈ ਵਾਰੀ ਕੋਈ ਟਾਪਿਕ ਜਿਹੜਾ ਹੈ ਉਹ ਥੋੜਾ ਲੈਂਥੀ ਹੁੰਦਾ ਤੇ ਆਪਾਂ ਜਿਹੜਾ ਪ੍ਰੋਗਰਾਮ ਦਾ ਸਮਾਂ ਉਹ ਸੀਮਤ ਹੋਣ ਕਰਕੇ ਆਪਾਂ ਉਹਦੇ ਵਿੱਚ ਜਿਹੜਾ ਸਾਰਾ ਟਾਪਿਕ ਆ ਉਹ ਨਹੀਂ ਸਮੇਟ ਸਕਦੇ ਉਹਨੀਆਂ ਗੱਲਾਂ ਜਿਹੜੀਆਂ ਨੇ ਨਹੀਂ ਸਮੇਟੀਆਂ ਜਾ ਸਕਦੀਆਂ ਸੋ ਮੇਰੀ ਕੋਸ਼ਿਸ਼ ਇਹ ਰਹਿੰਦੀ ਆ ਕਿ ਮੈਂ ਟਾਪਿਕ ਨੂੰ ਇਨਕੰਪਲੀਟ ਨਾ ਛੱਡਾਂ ਮੈਂ ਕੰਪਲੀਟ ਕਰਾਂ ਕੱਲ ਆਪਾਂ ਜਿਹੜਾ ਟਾਪਿਕ ਸੀਗਾ ਉਹਨੂੰ ਹੀ ਕੰਟੀਨਿਊ ਕਰਦੇ ਆ ਉਸ ਟਾਪਿਕ ਦੇ ਵਿੱਚ ਮੈਂ ਗੱਲਬਾਤ ਕੀਤੀ ਸੀ ਕਿ ਜਿਹੜਾ ਡੇਰਾਬਾਦ ਦਾ ਪ੍ਰਭਾਵ ਹੈਗਾ ਪੰਜਾਬ ਦੇ ਵਿੱਚ ਉਹ ਕਿਦਾਂ-ਕਿਦਾਂ ਸਾਡੇ ਦੇ ਉੱਤੇ ਪ੍ਰਭਾਵ ਜਿਹੜਾ ਹੈ ਉਹ ਪਾਰਿਆ ਤੇ ਲਗਾਤਾਰ ਉਹਦਾ ਜਿਹੜਾ ਹੈ ਉਹ ਪੈਂਦਾ ਜਾ ਰਿਹਾ ਆਮ ਜਨ ਜੀਵਨ ਦੇ ਉੱਤੇ ਕਿਦਾਂ ਅਸੀਂ ਇਕਨੋਮਿਕਲੀ ਕਿਦਾਂ ਅਸੀਂ ਮੈਂਟਲੀ ਜਿਹੜੇ ਹਾਂ ਉਹ ਚੀਜ਼ਾਂ ਦੇ ਨਾਲ ਸਾਡੇ ਉੱਤੇ ਜਿਹੜਾ ਅਸਰ ਆ ਉਹ ਪੈਂਦਾ ਹੈਗਾ ਮੈਂ ਗੱਲ ਕੀਤੀ ਸੀ ਕਿ ਹਰ ਜਿਹੜਾ ਉਹ ਇਨਸਾਨ ਹੈਗਾ ਜਿਹੜਾ ਕਿਸੇ ਵੀ ਧਰਮ ਵਿੱਚ ਪੈਦਾ ਹੋਇਆ ਉਹਨੂੰ ਆਪਣੇ ਧਰਮ ਪ੍ਰਤੀ ਪਰਪੱਕ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਣਾ ਕਈ ਲੋਕ ਅਸਹਿਮਤ ਵੀ ਹੋਣਗੇ ਅ ਪਰ ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦੇ ਦੇਣਾ ਕਿਉਂਕਿ ਜੇ ਮੈਂ ਮੈਂ ਆਪਣੀ ਗੱਲ ਕਰਦਾ ਜੇ ਮੈਂ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਤਾਂ ਫਿਰ ਮੇਰੇ ਸਿੱਖ ਧਰਮ ਪ੍ਰਤੀ ਜਿਹੜੇ 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 ਜੋ ਵੀ ਸਿੱਖ ਧਰਮ ਦਾ ਫਲਸਫਾ ਹੈ ਮੈਂ ਕੋਸ਼ਿਸ਼ ਕਰਾਂ ਕਿ ਮੈਂ ਉਸ ਦੇ ਉੱਤੇ ਜਿਹੜਾ ਹੈ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਉਸ ਫਲਸਫੇ ਨੂੰ ਅਪਣਾਵਾਂ ਉਸ ਨੂੰ ਅਪਣਾਉਣ ਵਾਸਤੇ ਮੈਨੂੰ ਜਿਹੜਾ ਹੈ ਉਹ ਕਿਸੇ ਡੇਰੇ ਤੇ ਜਾਣ ਦੀ ਜ਼ਰੂਰਤ ਨਹੀਂ ਹੈ ਮੈਂ ਅਗਰ ਮੇਰੇ ਕੋ ਸੂਝ-ਬੂਝ ਹੈ ਜੇ ਮੈਂ ਉਹਨਾਂ ਕ ਆਪਣਾ ਪੜ੍ਹਿਆ ਲਿਖਿਆ ਹਾਂ ਤੇ ਮੈਂ ਆਪਣੇ ਤੌਰ ਦੇ ਉੱਤੇ ਕੋਖ ਪੜਤਾਲ ਜਿਹੜੀ ਹੈ ਉਹ ਕਰ ਸਕਦਾ ਹੈਗਾ ਤੇ ਮੈਨੂੰ ਕਿਸੇ ਤੀਜੀ ਧਿਰ ਦੀ ਜਿਹੜੀ ਹੈ ਉਹ ਜ਼ਰੂਰਤ ਨਹੀਂ ਹੈ ਪਰਮਾਤਮਾ ਦੇ ਘਰ ਦਾ ਜਿਹੜਾ ਰਸਤਾ ਉਹ ਹਰ ਇਨਸਾਨ ਨੇ ਖੁਦ ਲੱਭਣਾ ਹੁੰਦਾ ਉਹਦਾ ਉਸ ਨੂੰ ਉਹ ਇੱਕ ਅਜਿਹਾ ਰਸਤਾ ਕਿ ਜਿਸਤੇ ਉੱਤੇ ਤੁਹਾਨੂੰ ਕੋਈ ਦੱਸਦਾ ਸਕਦਾ ਇੰਨਾ ਕਿ ਠੀਕ ਹੈ ਤੁਸੀਂ ਜਿਸ ਧਰਮ ਵਿੱਚ ਪੈਦਾ ਹੋਏ ਉਹਦੀ ਤੁਸੀਂ ਪਾਠ ਜਿਹੜਾ ਹੈ ਜਾਂ ਉਹਦੀ ਭਗਤੀ ਜਾਂ ਉਹਦਾ ਉਹਦਾ ਜਿਹੜਾ ਕੋਈ ਸਿਸਟਮ ਹੈ ਕਿਸੇ ਦਾ ਵੀ ਉਹਦੇ ਤੇ ਤੁਹਾਨੂੰ ਚੱਲਣ ਬਾਰੇ ਤਾਂ ਦੱਸ ਸਕਦਾ ਲੇਕਿਨ ਰਸਤਾ ਤੁਹਾਨੂੰ ਖੁਦ ਲੱਭਣਾ ਪਏਗਾ ਉਸ ਰਸਤੇ ਨੂੰ ਤੁਹਾਨੂੰ ਕੋਈ ਦੱਸ ਨਹੀਂ ਸਕਦਾ ਕਿਉਂਕਿ ਜਦੋਂ ਮੈਂ ਪਹਿਲੇ ਇਹਦੇ ਪਹਿਲੇ ਭਾਗ ਵਿੱਚ ਵੀ ਮੈਂ ਜਦੋਂ ਇਹ ਗੱਲ ਕੀਤੀ ਸੀ ਕਿ ਕਿ ਪਹਿਲੇ ਭਾਗ ਦੇ ਵਿੱਚ ਮੇਰਾ ਇੱਕ ਦੱਸਣ ਦਾ ਮਤਲਬ ਵੀ ਇਹੀ ਸੀਗਾ ਕਿ ਜਿੰਨਾ ਵੀ ਤੁਸੀਂ ਕਿਸੇ ਨੂੰ ਜਿਹੜੇ ਬਾਣੀਆਂ ਤੁਸੀਂ ਪੜਦੇ ਹੋ ਜਾਂ ਕੋਈ ਕਿਸੇ ਧਰਮ ਬਾਰੇ ਪੜਦੇ ਹੋ ਤਾਂ ਉਹਦੇ ਵਿੱਚ ਜਿਹੜਾ ਰਸਤਾ ਪ੍ਰਮਾਤਮਾ ਨੂੰ ਮਿਲਣ ਦਾ ਜਿੰਨੇ ਵੀ ਹੁਣ ਤੱਕ ਜਿਨ੍ਹਾਂ ਨੇ ਆਪਣੇ ਅਨੁਭਵ ਅਨਸਾਰ ਲਿਖਿਆ ਉਹਨਾਂ ਦਾ ਹਰ ਇੱਕ ਦਾ ਰਸਤਾ ਜਿਹੜਾ ਹੈ ਇੱਕ ਦੂਸਰੇ ਨਾਲ ਮੈਚ ਨਹੀਂ ਕਰਦਾ ਮਿਲਦਾ ਨਹੀਂ ਹੈ ਉਹ ਅਲੱਗ ਹੈ ਹਰ ਇੱਕ ਨੇ ਆਪਣੇ ਤਰੀਕੇ ਦਾ ਨਾਲ ਹੀ ਉਸ ਪ੍ਰਭੂ ਪਰਮੇਸ਼ਰ ਨੂੰ ਪਾਇਆ ਸੋ ਫਿਰ ਸਾਡੇ ਵਾਸਤੇ ਰਸਤਾ ਕਿਦਾਂ ਜਿਹੜਾ ਹੋਵੇ ਇੱਕ ਹੋ ਸਕਦਾ ਹਰ ਇਨਸਾਨ ਦਾ ਜਿਹੜਾ ਰਸਤਾ ਹੈ ਉਹ ਜਿਹੜਾ ਉਸ ਪ੍ਰਮਾਤਮਾ ਤੱਕ ਮਿਲਣ ਦਾ ਉਹ ਅਲੱਗ ਹੈ ਆਪਣਾ ਤਰੀਕਾ ਜਿਹੜਾ ਹੈ ਜਿਹੜਾ ਉਹਨੂੰ ਜਿਹੜਾ ਉਹਦੇ ਧਰਮ ਦੇ ਅਨਸਾਰ ਜਿਹੜਾ ਉਹਨੂੰ ਰਾਹ ਦਿਖਾਉਂਦਾ ਉਹਦੇ ਚੋਂ ਹੋਣਾ ਚਾਹੀਦਾ ਲੇਕਿਨ ਆਪਾਂ ਬੰਦੇ ਦੇ ਵਿੱਚ ਰੱਬ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਮੈਨੂੰ ਕਈ ਵਾਰੀ ਹਨਾਨਗੀ ਆਉਂਦੀ ਹੈ ਇਸ ਚੀਜ਼ ਦੀ ਕਿ ਬੰਦੇ ਦੇ ਵਿੱਚ ਪ੍ਰਮਾਤਮਾ ਦੀ ਇਹ ਡੈਫੀਨੇਸ਼ਨ ਨਹੀਂ ਹੈ ਬੰਦੇ ਦੇ ਰੂਪ ਵਿੱਚ ਪ੍ਰਮਾਤਮਾ ਦੀ ਡੈਫੀਨੇਸ਼ਨ ਨਹੀਂ ਹੈ ਪ੍ਰਮਾਤਮਾ ਦੀ ਡੈਫੀਨੇਸ਼ਨ ਤਾਂ ਇਹ ਹੈਗੀ ਹੈ ਕਿ ਉਹਦਾ ਕੋਈ ਰੰਗ ਨਹੀਂ ਉਹਦਾ ਕੋਈ ਆਕਾਰ ਨਹੀਂ ਉਹ ਉਹ ਜਿਉਂਦਾ ਨਹੀਂ ਸਭ ਤੋਂ ਵੱਡੀ ਗੱਲ ਨਾ ਉਹ ਮਰਦਾ ਨਾ ਉਹ ਜਿਉਂਦਾ ਨਾ ਉਹ 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 ਬਾਰ ਬਾਰ ਉਹ ਇਸ ਜਿਹੜੇ ਜਨਮਾਂ ਦੇ ਚੱਕਰ ਹੈਗਾ ਉਸ ਦੇ ਉਹਦੇ ਉਹ ਤਾਂ ਮੁਕਤ ਹੈ ਇਸ ਚੀਜ਼ ਤੋਂ ਤੇ ਜੇ ਅਸੀਂ ਕਿਸੇ ਰੱਬ ਨੂੰ ਐਜ਼ ਅ ਰੱਬ ਕਿਸੇ ਬੰਦੇ ਨੂੰ ਪੂਜਦੇ ਆ ਤੇ ਇਹਦਾ ਮਤਲਬ ਅਸੀਂ ਪਰਮਾਤਮਾ ਦੀ ਜਿਹੜੀ ਡੈਫੀਨੇਸ਼ਨ ਆ ਪਰਮਾਤਮਾ ਦੀ ਜਿਹੜੀ ਅਸਲੀ ਤਸਵੀਰ ਆ ਉਸ ਤੋਂ ਤੇ ਅਸੀਂ ਫਿਰ ਉਲਟ ਚੱਲ ਰਹੇ ਆ ਪਰਮਾਤਮਾ ਕਿਦਾਂ ਜਿਹੜਾ ਹੈ ਉਹ ਉਹ ਪਰਮਾਤਮਾ ਦੇ ਰਸਤੇ ਤੇ ਚੱਲਣ ਤੋਂ ਤੇ ਬਿਲਕੁਲ ਅਸੀਂ ਉਲਟ ਚੱਲ ਪਏ ਇਹ ਐਗਜੈਕਟਲੀ ਉਹ ਹੀ ਆ ਕਿ ਆਪਾਂ ਗਰਾਊਂਡ ਵਿੱਚ ਪੁੱਠੇ ਭੱਜਣ ਲੱਗ ਪਈਏ ਆਪਾਂ ਪੁੱਠੇ ਚੱਕਰ ਲਾਉਣ ਲੱਗ ਪਈਏ ਤੇ ਆਪਣਾ ਚਾਹੇ ਉਹ ਚੱਕਰ ਜਿੰਨੇ ਵੀ ਅਸੀਂ ਮਰਜੀ ਲਾ ਲਈਏ ਉਹ ਚੱਕਰ ਕਿਸੇ ਹੱਥ ਵਿੱਚ ਕਿਸੇ ਕਾਊਂਟ 'ਚ ਨਹੀਂ ਆਉਣਗੇ ਚੱਕਰ ਤਾਂ ਉਦੋਂ ਹੀ ਗਿਨੇ ਜਾਣਗੇ ਜਦੋਂ ਤੁਸੀਂ ਸਿੱਧਾ ਤੌੜੋਗੇ ਜਾਂ ਸਿੱਧੇ ਚੱਲੋਗੇ ਤੁਸੀਂ ਚਾਹੇ ਉਹ ਰਾਉਂਡ ਚੱਕਰ ਹੀ ਹੋਣ ਤੁਸੀਂ ਪੁੱਠਾ ਚੱਲੋਗੇ ਤਾਂ ਕੌਣ ਤੁਹਾਨੂੰ ਸਿਆਣਾ ਜਿਹੜਾ ਹੈ ਉਹ ਕਹੇਗਾ ਇਹ ਇੱਕ ਵਿਚਾਰਨ ਵਾਲੀ ਗੱਲ ਆ ਬੱਦਾ ਜਿਹੜਾ ਹੈ ਉਹ ਕਦੀ ਰੱਬ ਦੇ ਰੂਪ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਚਲੋ ਇਸ ਦੇ ਨਾਲ ਜੁੜਦੀ ਜੁੜਦੀ ਮੈਂ ਗੱਲ ਤੁਹਾਨੂੰ ਜਰੂਰ ਇੱਕ ਹੋਰ ਕਰ ਦੇਵਾਂ ਕਿ ਜੇ ਆਪਾਂ ਤੁਸੀਂ ਬਹੁਤ ਸਾਰੀਆਂ ਸਟੇਜਾਂ ਤੋਂ ਬਹੁਤ ਸਾਰੇ ਜਿੱਥੇ-ਜਿੱਥੇ ਵੀ ਕੋਈ ਆ ਇਵਨ ਇਹ ਡੇਰਾਵਾਦ ਦੀ ਵੀ ਗੱਲ ਕਰਨਾ ਡੇਰੇ ਵੀ ਜਿੰਨੇ ਕੁ ਬਣੇ ਹੋਏ ਨੇ ਜਿੰਨੇ ਕੁ ਆਮ ਜਿਹੜੇ ਦੂਸਰੇ ਧਰਮ ਸਥਾਨਾਂ ਤੋਂ ਛੁੱਟ ਜਿਹੜੇ ਦੂਸਰੇ ਲੋਕਾਂ ਨੇ ਆਪਣਾ ਪ੍ਰਭਾਵ ਪਾ ਕੇ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ ਉਹ ਲੋਕ ਵੀ ਇਹ ਕਹਿੰਦੇ ਨੇ ਕਿ ਜਿਹੜਾ ਬੰਦੇ ਦੇ ਵਿੱਚ ਨਾ ਹਰ ਬੰਦੇ ਦੇ ਵਿੱਚ ਰੱਬ ਮੌਜੂਦ ਆ ਤੁਸੀਂ ਇਸ ਗੱਲ ਨਾਲ ਤਾਂ ਸਹਿਮਤ ਹੋ ਕਿ ਰੱਬ ਜਿਹੜਾ ਉਹ ਹਰ ਬੰਦੇ ਦੇ ਵਿੱਚ ਮੌਜੂਦ ਆ ਤੇ ਫਿਰ ਜੇ ਰੱਬ ਹਰ ਬੰਦੇ ਦੇ ਵਿੱਚ ਮੌਜੂਦ ਆ ਮੇਰੇ ਵਿੱਚ ਵੀ ਆ ਤੁਹਾਡੇ ਵਿੱਚ ਵੀ ਆ ਹਰ ਜਗ੍ਹਾ ਦੇ ਉੱਤੇ ਰੱਬ ਉਹ ਤੁਸੀਂ ਸੁਣਿਆ ਹੀ ਆ ਨਾ ਇਸ ਗੱਲ ਨਾਲ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਗੇ ਕਿ ਹਰ ਬੰਦੇ ਦੇ ਵਿੱਚ ਰੱਬ ਜਿਹੜਾ ਹੈ ਉਹ ਵਸਦਾ ਜੇ ਹਰ ਬੰਦੇ ਦੇ ਵਿੱਚ ਰੱਬ ਵਸਦਾ ਤੇ ਸਾਨੂੰ ਫਿਰ ਕਿਸੇ ਹੋਰ ਬੰਦੇ ਨੂੰ ਮੱਥਾ ਟੇਕਣ ਦੀ ਕੀ ਜ਼ਰੂਰਤ ਆ ਫਿਰ ਤੇ ਸਭ ਤੋਂ ਸੌਖਾ ਤਰੀਕਾ ਤੇ ਸਭ ਤੋਂ ਵਧੀਆ ਤਰੀਕਾ ਇਹ ਆ ਕਿ ਜਿਹੜਾ ਬੰਦਾ ਉਹ ਆਪਣੇ ਆਪ ਨੂੰ ਮੱਥਾ ਟੇਕੇ ਆਪਣੇ ਆਪ ਨੂੰ ਮੱਥਾ ਟੇਕੇ ਜਦੋਂ ਉਹ ਆਪਣੇ ਆਪ ਨੂੰ ਮੱਥਾ ਟੇਕੇਗਾ ਤੇ ਉਹ ਮਹਾਨ ਹੋ ਜਾਏਗਾ ਆਪਕ ਕਿਸੇ ਦੇ ਵਿੱਚ ਰੱਬ ਦੇਖ ਕੇ ਵੀ ਟੇਕਦੇ ਆ ਨਾ ਮੱਥਾ ਕਿ ਫਲਾਣਾ ਬੰਦਾ ਜਿਹੜਾ ਹੈ ਰੱਬ ਦਾ ਰੂਪ ਆ ਤੇ ਜਦੋਂ ਇਹ ਗੱਲ ਹਰ ਜਿਹੜਾ ਹੈ ਉਹ ਧਰਮ ਪ੍ਰਚਾਰਕ ਹਰ ਗੱਲ ਇਹ ਕਹਿੰਦਾ ਵੀ ਹਰ ਬੰਦੇ ਦੇ ਵਿੱਚ ਰੱਬ ਜਿਹੜਾ ਮੌਜੂਦ ਆ ਤੇ ਜਦੋਂ ਫਿਰ ਰੱਬ ਮੌਜੂਦ ਆ ਫਿਰ ਟੇਕੋ ਮੱਥਾ ਆਪਣੇ ਆਪ ਨੂੰ ਆਪਣੇ ਆਪ ਨੂੰ ਅਗਰ ਤੁਸੀਂ ਮੱਥਾ ਟੇਕੋਗੇ ਆਪਣੇ ਆਪ ਨੂੰ ਤੁਸੀਂ ਪੋਜ਼ੀਟਿਵ ਕਰੋਗੇ ਤੇ ਤੁਹਾਡੇ ਚ ਜਿਹੜੀਆਂ ਨੇ ਜਦੋਂ ਤੁਸੀਂ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਜਾਓਗੇ ਤਾਂ ਤੁਹਾਡਾ ਜਿਹੜਾ ਜੀਵਨ ਪੱਧਰ ਆ ਉਹ ਬਹੁਤ ਉੱਚਾ ਚਲੇ ਜਾਏਗਾ ਪਰ ਆਪਾਂ ਉਲਟ ਚੱਲ ਪਏ ਆਪਾਂ ਆਪਣੇ ਵਰਗੇ ਬੰਦੇ ਨੂੰ ਜਿਹੜਾ ਹੈ ਉਹਦੇ ਪੈਰੀ ਪੈਣ ਨੂੰ ਅਸੀਂ ਤਰਜੀ ਦੇ ਦਿੰਨੇ ਆ ਉਹਦੇ ਚ ਅਸੀਂ ਰੱਬ ਲੱਭਣ ਦੀ ਕੋਸ਼ਿਸ਼ ਕਰ ਲੈਨੇ ਆ ਜਦ ਕਿ ਉਹ ਸਟੇਜ ਤੇ ਬੋਲ ਰਿਹਾ ਹੁੰਦਾ ਬੜੇ ਆਰਾਮ ਦੇ ਨਾਲ ਕਿ ਹਰ ਬੰਦੇ ਚ ਰੱਬ ਜਿਹੜਾ ਉਹ ਮੌਜੂਦ ਆ ਇਹਦਾ ਮਤਲਬ ਉਹ ਵੀ ਸਾਡੇ ਵਰਗਾ ਹੀ ਆ ਫਿਰ ਅਸੀਂ ਉਸ ਬੰਦੇ ਕੋਲ ਕੀ ਕੀ ਲੈਣ ਜਾ ਰਹੇ ਆ ਕੀ ਆਪਾਂ ਲੈਣ ਜਾ ਰਹੇ ਆ ਕਿਹੜੀ ਸ਼ਰਧਾ ਭਾਵਨਾ ਅਸੀਂ ਜਿਹੜੀ ਆ ਉਹ ਲੈਣ ਜਾ ਰਹੇ ਆ ਮੈਂ ਜਿੰਨਾ ਕ ਪੜਿਆ ਜਾਂ ਜਿੰਨਾ ਕ ਮੈਂ ਇਸ ਦੇ ਉੱਤੇ ਅਧਿਐਨ ਕੀਤਾ ਜਾਂ ਜਿੰਨਾ ਕ ਮੈਂ ਐਜ ਅ ਗੁੱਡ ਲਿਸਨਰ ਸੁਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸੁਣਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਪੜਦੇ ਹੋ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੇ ਸਮਝਾਉਣੀਆਂ ਥੋੜੀ-ਥੋੜੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਤੁਸੀਂ ਸੁਣਦੇ ਵੀ ਹੋ ਤਾਂ ਉਦੋਂ ਵੀ ਤੁਸੀਂ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਾਪਤ ਜਿਹੜੀਆਂ ਨੇ ਉਹ ਕਰ ਲੈਂਦੇ ਹੋ ਤਾਂ ਉਹਦੇ ਵਿੱਚ ਇਹ ਮੈਨੂੰ ਪੜ ਕੇ ਸੁਣ ਕੇ ਲੋਕਾਂ ਨਾਲ ਗੱਲਬਾਤ ਕਰਕੇ ਇਹ ਮਹਿਸੂਸ ਹੋਇਆ ਕਿ ਅਗਰ ਬੰਦਾ ਜਿਸ ਧਰਮ ਦੇ ਵਿੱਚ ਵੀ ਪੈਦਾ ਹੋਇਆ ਅਗਰ ਉਹ ਉਸ ਧਰਮ ਪ੍ਰਤੀ ਜਿਹੜਾ ਹੈ ਸਮਰਪਿਤ ਹੋ ਜਾਵੇ ਤਾਂ ਫੇਰ ਪ੍ਰਮਾਤਮਾ ਦੇ ਸਹੀ ਰਸਤੇ ਦੇ ਉੱਤੇ ਚੱਲ ਪੈਂਦਾ ਹੈਗਾ ਕਿਉਂਕਿ ਜਦੋਂ ਆਪਾਂ ਪਟਕਣਾ 'ਚ ਪੈ ਜਾਂਦੇ ਆ ਨਾ ਪਟਕਣ ਲੱਗ ਪੈਂਦੇ ਆ ਹੋਰ ਪਟਕਣਾ ਸਾਡੀ ਜਿਹੜੀ ਆ ਵਜ ਜਾਂਦੀ ਆ ਤੁਸੀਂ ਅੱਜ ਤੱਕ ਜਿੰਨੇ ਵੀ ਬੰਦੇ ਕਿਸੇ ਨੂੰ ਰੱਬ ਮੰਨ ਕੇ ਕਿਸੇ ਵੀ ਉਹ ਜਗ੍ਹਾ ਦੇ ਉੱਤੇ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਮੈਨੂੰ ਐਂ ਦੱਸੋ ਕਿਹੜਾ ਬੰਦਾ ਜਿਹੜਾ ਬੰਦਾ ਮਾਨਸਿਕ ਤੌਰ ਤੇ ਉੱਤੇ ਜਿਹੜਾ ਹੈ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਤੁਹਾਨੂੰ ਉਹ ਉਹਦੇ ਵਿੱਚ ਕੋਈ ਅਲੱਗ ਤਰ੍ਹਾਂ ਦਾ ਫਰਕ ਜਿਹੜਾ ਹੈ ਉਹ ਮਹਿਸੂਸ ਜਿਹੜਾ ਹੈ ਹੁੰਦਾ ਮੈਨੂੰ ਤੇ ਕੋਈ ਦਿੱਸਿਆ ਨਹੀਂ ਮੈਂ ਤਾਂ ਬਹੁਤ ਸਾਰੇ ਲੋਕਾਂ ਦੇ ਨਾਲ ਜਾਣਾ ਆਉਣਾ ਮਿਲਿਆ ਬਹੁਤ ਸਾਰੇ ਲੋਕਾਂ ਦੇ ਨਾਲ ਮੇਰੇ ਪਰਸਨਲ ਐਕਸਪੀਰੀਐਂਸਸ ਵੀ ਰਹੇ ਨੇ ਪਰਸਨਲ ਤੌਰ ਦੇ ਉੱਤੇ ਵੀ ਮੈਂ ਇਸ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੇ ਵਿੱਚ ਕੋਈ ਮੈਨੂੰ ਤੇ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਲੱਭੀ ਨਹੀਂ ਕਿਉਂਕਿ ਅਸੀਂ ਬੰਦੇ ਦੇ ਮਗਰ ਲੱਗਣ ਦੀ ਕੋਸ਼ਿਸ਼ ਕਰਦੇ ਆ ਕਿ ਬੰਦਾ ਜਿਹੜਾ ਹੈ ਉਹ ਸਾਨੂੰ ਕੋਈ ਸਹੀ ਕੋਈ ਸ਼ਾਰਟਕਟ ਕੋਈ ਰੱਬ ਨੂੰ ਜਿਹੜਾ ਹੈ ਉਹਦੀ ਤੇ ਸਿੱਧੀ ਤਾਰ ਜਿਹੜੀ ਆ ਕੋਈ ਜਿਹੜੀ ਜੁੜੀ ਹੋਈ ਹੈ ਜਿਹੜੀ ਸਾਡੇ ਨਾਲ ਉਹ ਜੋੜ ਦੇਗਾ ਇਦਾਂ ਦਾ ਤੇ ਕੋਈ ਗੱਲ ਨਹੀਂ ਸਿਰਫ ਅਸੀਂ ਸੁੱਖ ਸੁਹੂਲਤਾਂ ਪਾਲਣ ਦੇ ਬਦਲੇ ਸੁੱਖ ਸੁਹੂਲਤਾਂ ਲੱਭਣ ਦੇ ਬਦਲੇ ਅਸੀਂ ਇੱਕ ਬੰਦੇ ਨੂੰ ਰੱਬ ਦਾ ਜਿਹੜਾ ਹੈ ਉਹ ਦਰਜਾ ਦੇ ਕੇ ਰੱਬ ਦੀ ਵੀ ਤੋਹੀਨ ਜਿਹੜੀ ਹੈ ਉਹ ਕਰਦੇ ਆ ਰੱਬ ਦਾ ਜਿਹੜਾ ਦਰਜਾ ਉਹ ਬਹੁਤ ਉੱਚਾ ਫਿਰ ਦੂਸਰੀ ਗੱਲ ਮੈਂ ਇਹ ਕਹਿ ਦਿਆਂ ਕਿ ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਹਰ ਇਨਸਾਨ ਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਮੁਸਲਮਾਨ ਪੰਜ ਪੰਜ ਵੇੜਿਆਂ ਦਾ ਨਮਾਜ਼ੀ ਹੋਵੇ ਹਿੰਦੂ ਜਿਹੜਾ ਹੈ ਉਹ ਆਪਣੇ ਜਿਹੜੇ ਉਹਦੇ ਤੌਰ ਤਰੀਕੇ ਨੇ ਜਿਹੜੀ ਉਹ ਪੂਜਾ ਕਰਦਾ ਹੈਗਾ ਜਿਸ ਵੀ ਉਹ ਭਗਵਾਨ ਨੂੰ ਮੰਨਦਾ ਉਹਨੂੰ ਆਪਣੇ ਭਗਵਾਨ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਜਿਸ ਧਰਮ ਵਿੱਚ ਤੁਸੀਂ ਪੈਦਾ ਹੋਏ ਉਹ ਤੁਹਾਡਾ ਸਭ ਤੋਂ ਵੱਡਾ ਪਿਓ ਆ ਸਿੱਖ ਧਰਮ ਦੇ ਵਿੱਚ ਸਿੱਖ ਸਿੱਖਾਂ ਸਿੱਖਿਆ ਦੇ ਤੌਰ ਦੇ ਉੱਤੇ ਸਾਨੂੰ ਜਦ ਫਾਈਨਲਾਈਜ਼ ਇਹ ਕਰ ਦਿੱਤਾ ਗਿਆ ਗੁਰੂ ਸਾਹਿਬ ਵੱਲੋਂ ਹੁਕਮ ਦੇ ਦਿੱਤਾ ਗਿਆ ਕਿ ਗੁਰੂ ਮਾਨਿਓ ਗ੍ਰੰਥ ਤਾਂ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਹੋਰ ਬੰਦੇ ਨੂੰ ਕਿਉਂ ਮੱਥਾ ਟੇਕਦੇ ਆਂ ਕਿਉਂ ਉਹਦੇ ਦਰ ਦੇ ਉੱਤੇ ਸਾਨੂੰ ਜਾਣ ਦੀ ਜ਼ਰੂਰਤ ਪੈਂਦੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਹਰ ਚੀਜ਼ ਉਹਦੇ ਵਿੱਚ ਮੌਜੂਦ ਆ ਸਾਨੂੰ ਇੱਧਰ ਉੱਧਰ ਦੇਖਣ ਦੀ ਕੋਈ ਜ਼ਰੂਰਤ ਨਹੀਂ ਜਿੱਦ ਮੈਂ ਇਹ ਤਾਂ ਗੱਲ ਨਾਲ ਜੋੜ ਰਿਹਾ ਕਿ ਅਸੀਂ ਇੱਕ ਦਾ ਹੋ ਸਕਦਾ ਕਿ ਅਸੀਂ ਪਿਓ ਵੱਲ ਤਾਂ ਮੂੰਹ ਮੋੜ ਲਈਏ ਤੇ ਆਪਾਂ ਇਹ ਸੋਚੀਏ ਕਿ ਕੋਈ ਨਵਾਂ ਪਿਓ ਬਣਾ ਕੇ ਅਸੀਂ ਉਹਨੂੰ ਉਹਦੇ ਮਗਰ ਲੱਗ ਜੀਏ ਤੇ ਉਹ 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 ਬੇਇਨਸਾਫੀ ਆ ਉਸ ਪਿਓ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਉਸ ਪਰਮਾਤਮਾ ਦੇ ਨਾਲ ਜੋ ਵੀ ਤੁਸੀਂ ਨਾਮ ਦੇਣਾ ਹੈ ਉਹ ਚਾਓ ਇੱਥੇ ਇੱਕ ਗੱਲ ਮੈਨੂੰ ਹੋਰ ਮੈਂ ਸ਼ਾਇਦ ਅਗਲੇ ਸੈਗਮੈਂਟ ਦੇ ਵਿੱਚ ਇਹ ਗੱਲ ਨਾ ਕੋਈ ਕਰ ਸਕਾਂ ਕਈ ਵਾਰੀ ਸਾਨੂੰ ਇਹ ਮਹਿਸੂਸ ਹੁੰਦਾ ਕਈ ਵਾਰੀ ਜਿਹੜਾ ਹੈ ਮੈਂ ਇੱਥੇ ਦੋ ਧਰਮਾਂ ਦੀ ਗੱਲ ਜ਼ਰੂਰ ਕਰਾਂਗਾ ਇੱਕ Hindu ਧਰਮ ਤੇ ਇੱਕ Sikh ਧਰਮ ਦੋਨੋਂ ਧਰਮਾਂ ਦੀ ਮੈਂ ਗੱਲ ਇਸ ਕਰਕੇ ਕਰ ਰਿਹਾ ਵੀ ਕਈ ਵਾਰ ਇਦਾਂ ਮਹਿਸੂਸ ਹੁੰਦਾ ਲੋਕਾਂ ਨੂੰ ਕਿ Hindu ਧਰਮ ਇਹ ਕਹਿ ਰਿਹਾ ਹੁੰਦਾ ਜੀ ਸਾਨੂੰ ਬਹੁਤ ਖਤਰਾ ਹੈ ਸਾਨੂੰ ਤਾਂ ਜਿਹੜਾ ਹੈ ਉਹ ਖਤਰਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜੀ ਦੂਸਰਿਆਂ ਦੂਸਰੇ ਧਰਮਾਂ ਦੇ ਉੱਤੋਂ ਜਾਂ ਦੂਜਿਆਂ ਤੋਂ ਮੈਨੂੰ ਅੱਜ ਤੱਕ ਇਹ ਗੱਲ ਮਹਿਸੂਸ ਨਹੀਂ ਹੋ ਮਤਲਬ ਕਿ ਇਹ ਗੱਲ ਸਮਝ ਵੀ ਨਹੀਂ ਆਈ ਕਿ ਉਹ ਕਿਹੜੀ ਗੱਲ ਮਹਿਸੂਸ ਕਰਦੇ ਨੇ ਕਿ ਕਿਹੜੀ ਗੱਲ ਤੋਂ ਸਾਨੂੰ ਖਤਰਾ ਹੈਗਾ ਜੇ ਵੇਖਿਆ ਜਾਵੇ ਤੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਅਗਰ ਜੇ ਖਤਰਾ ਲੱਗਦਾ ਨਾ ਜੇ ਉਹ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦੇ ਆ ਤੇ ਉਹਨਾਂ ਨੂੰ ਖਤਰਾ ਕਿਸੇ ਧਰਮ ਤੋਂ ਨਹੀਂ ਆ ਆਪਣੇ ਧਰਮ ਤੋਂ ਹੀ ਉਹਨਾਂ ਨੂੰ ਖਤਰਾ ਆਪਣੇ ਆਪ ਤੋਂ ਹੀ ਖਤਰਾ ਉਹਦਾ ਕਾਰਨ ਇਹ ਆ ਕਿ ਉਹਨਾਂ ਨੇ ਵੀ ਨਾ ਜਿਹੜੇ ਬੰਦੇ ਅੱਜ ਦੀ ਡੇਟ ਦੇ ਵਿੱਚ ਰਾਜ ਕਰ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਵੀ ਰੱਬ ਦੇ ਰੂਪ ਚ ਦੇਖਣਾ ਸ਼ੁਰੂ ਕਰਤਾ ਐਨੇ ਐਨੇ ਭਗਤ ਮੈਂ ਇਸ ਸੈਗਮੈਂਟ 'ਚ ਇਹ ਗੱਲ ਨਹੀਂ ਸੀ ਕਰਨਾ ਚਾਹੁੰਦਾ ਪਰ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਜੇ ਕੋਈ ਬੰਦਾ ਧਾਰਮਿਕ ਤੌਰ ਤੇ ਸੁਣ ਰਿਹਾ ਹੋਵੇ ਜਾਂ ਮੇਰੀ ਗੱਲ ਨੂੰ ਇਹ ਆਪਣੇ ਤਰੀਕੇ ਦੇ ਨਾਲ ਸੋਚੇ ਆ ਆਪਣੇ ਦਿਮਾਗ ਨਾਲ ਸੋਚੇ ਤੇ ਇਹ ਖਤਰਾ ਕਿਉਂ ਆ ਤੁਹਾਡੇ ਵਾਸਤੇ ਅਗਰ ਜੇ ਤੁਸੀਂ ਅੱਜ ਆਪਣੇ ਇਸ ਚੀਜ਼ ਨੂੰ ਕੰਟਰੋਲ ਨਾ ਕੀਤਾ ਇੰਨੀ ਭਗਤੀ ਇਹਨਾਂ ਆਮ ਇਨਸਾਨਾਂ ਦੇ ਵਿੱਚ ਦਿਖਾ ਦਿੱਤੀ ਤਾਂ ਮਾਫ ਕਰਨਾ ਤੁਹਾਡੀਆਂ ਆਉਣ ਵਾਲੀਆਂ ਅੱਜ ਤੋਂ ਤੀਜੀ ਪੀੜ੍ਹੀ ਜਿਹੜੀ ਹੈਗੀ ਆ ਉਹ ਮੋਦੀ ਪਟੇਲਾਾਂ ਤੇ ਇਹਨਾਂ ਗਾਂਧੀਆਂ ਦੇ ਮੰਦਰਾਂ ਦੇ ਵਿੱਚ ਜਾਇਆ ਕਰੇਗੀ ਉਹ ਸ਼ਿਵਜੀ ਭਗਵਾਨ ਨੂੰ ਵੀ ਭੁੱਲ ਜਾਣਗੇ ਲੋਕ ਕ੍ਰਿਸ਼ਨ ਭਗਵਾਨ ਨੂੰ ਵੀ ਭੁੱਲ ਜਾਣਗੇ ਹਰ ਇੱਕ ਜਿਹੜਾ ਜਿਹੜੀ ਕੋਈ ਤੁਹਾਡੀ ਪਰੰਪਰਾ ਜਿਹੜੀ ਹੈ ਚੱਲਦੀ ਆ ਰਹੀ ਉਹ ਖਤਰੇ ਦੀ ਘੰਟੀ ਆ ਤੁਹਾਡੇ ਵਾਸਤੇ ਤੁਸੀਂ ਇਸ ਗੱਲ ਨੂੰ ਸਮਝੋ ਤੁਹਾਨੂੰ ਕਿਸੇ ਹੋਰ ਜਗ੍ਹਾ ਦੇ ਉੱਤੋਂ ਕੋਈ ਖਤਰਾ ਨਹੀਂ ਹੈ ਸਿੱਖ ਧਰਮ ਦੇ ਵਿੱਚ ਵੀ ਇਹੀ ਚੀਜ਼ ਆ ਕਿ ਸਿੱਖਾਂ ਨੂੰ ਜਿਹੜੇ ਬਨਾਉਟੀ ਸਿੱਖ ਬਣੇ ਹੋਏ ਨੇ ਜਿਹੜੇ ਬਨੌਟੀ ਸਿੱਖ ਨੇ ਉਹਨਾਂ ਤੋਂ ਉਹਨਾਂ ਨੂੰ ਜਿਹੜਾ ਹੈ ਉਹ ਕਿਨਾਰਾ ਕਰਨਾ ਪਊਗਾ ਜਿਹੜੇ ਲੋਕ ਜਿਹੜੇ ਨੇ ਉਹ ਤੁਹਾਡੀਆਂ ਕਦੀ ਕਿਸੇ ਦੇ ਉੱਤੇ ਉਹ ਸ਼ੰਕੇ ਕਰਦੇ ਨੇ ਕਦੀ ਕਿਸੇ ਤਰੀਕੇ ਦੇ ਨਾਲ ਸ਼ੰਕੇ ਕਰਦੇ ਨੇ ਕੁਝ ਪੈਦਾ ਕੀਤੇ ਜਾਂਦੇ ਆ ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਿੱਖਾਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਆਪਣਾ ਆਪ ਪਛਾਣਨ ਗੁਰੂ ਸਾਹਿਬ ਦੇ ਲਾੜ ਲੱਗਣ ਸਿਰਫ ਗੁਰੂ ਸਾਹਿਬ ਦੇ ਤੀਸਰਾ ਬੰਦਾ ਮੈਸੇਂਜਰ ਦੀ ਜ਼ਰੂਰਤ ਹੀ ਨਹੀਂ ਹੈ। ਪਰਮਾਤਮਾ ਆਪਣੇ ਆਪ ਰਸਤਾ ਜਿਹੜਾ ਹੈ ਉਹ ਵਿਖਾਏਗਾ। ਇਸ ਕਰਕੇ ਹਰ ਬੰਦੇ ਨੂੰ ਆਪਣੇ ਧਰਮ ਦੇ ਵਿੱਚ ਜਿਹੜਾ ਹੈ ਉਹ ਪਰਪੱਕ ਰਹਿਣਾ ਚਾਹੀਦਾ। ਇੱਥੇ ਥੋੜਾ ਐਪੀਸੋਡ ਜਰੂਰ ਥੋੜਾ ਅੱਜ ਲੰਬਾ ਹੋ ਜਾਏਗਾ। ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਸਾਰਾ ਕਸੂਰ ਜਿਹੜਾ ਹੈ ਆਮ ਜਨਤਾ ਦਾ ਨਹੀਂ ਹੈ। ਉਹਦੇ ਵਿੱਚ ਕੁਝ ਕਸੂਰ ਜਿਹੜਾ ਹੈ ਉਹ ਜਿਹੜੇ ਵੀ ਪ੍ਰਚਾਰਕ ਇਨ੍ਹਾਂ ਧਰਮਾਂ ਦੇ ਰਹੇ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਜਿਹੜਾ ਹੈ ਉਹ ਰਿਆ ਪ੍ਰਚਾਰਕ ਜਿਹੜੇ ਨੇ ਉਹਨਾਂ ਨੇ ਕੋਈ ਆਪਣੀ ਹੱਤ ਬੰਨਾ ਨਹੀਂ ਰੱਖਿਆ ਪ੍ਰਚਾਰਕ ਕੀ ਆ ਜਿਹੜਾ ਜਿਹੜਾ ਪ੍ਰਚਾਰਕ ਹੈ ਜਿਹੜਾ ਉਹਦੇ ਨਾਲ ਇੱਕ ਵਰਡ ਜੋੜਿਆ ਜਾਂਦਾ ਧਰਮ ਪ੍ਰਚਾਰਕ ਤੇ ਕਦੀ ਧਿਆਨ ਦੇ ਨਾਲ ਸਾਰੇ ਬੰਨੇ ਨਿਗਾਹ ਮਾਰ ਕੇ ਦੇਖਿਓ ਤੁਹਾਨੂੰ ਕੋਈ ਧਰਮ ਪ੍ਰਚਾਰਕ ਦੇਖਤਾ ਕਈ ਵਾਰੀ ਮੈਨੂੰ ਹੈਰਾਨਗੀ ਹੁੰਦੀ ਆ ਕਿ ਕਿੰਨੂ ਸੁਣੀ ਆ ਸੁਣਨ ਨੂੰ ਕੁਝ ਹੈ ਹੀ ਨਹੀਂ ਕਿਉਂਕਿ ਧਰਮ ਪ੍ਰਚਾਰਕ ਜਿਹੜੇ ਨੇ ਉਹਨਾਂ ਨੇ ਤਾਂ ਕਹਾਣੀਆਂ ਉਹ ਧਰਮ ਪ੍ਰਚਾਰਕਾਂ ਨੇ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਗੱਲਾਂ ਬਿਲਕੁਲ ਜਿਹੜੀਆਂ ਨੇ ਉਹ ਉਸ ਧਰਮ ਪ੍ਰਚਾਰਕ ਦੇ ਮੂੰਹ ਦੇ ਉੱਤੋਂ ਕਰਨੀਆਂ ਨਹੀਂ ਚਾਹੀਦੀਆਂ ਉਹਨੂੰ ਮੈਂ ਦੂਸਰੇ ਧਰਮਾਂ ਨੂੰ ਛੱਡ ਕੇ ਮੈਂ ਐਜ਼ ਸਿੱਖ ਦੇ ਤੌਰ ਦੇ ਉੱਤੇ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਗੱਲ ਕਰਾਂਗਾ ਉਹ ਕਿਉਂ ਕਿਉਂਕਿ ਮੈਨੂੰ ਇਹ ਲੱਗਦਾ ਕਿ ਸਿੱਖ ਧਰਮ ਦੇ ਵਿੱਚ ਪ੍ਰਚਾਰਕਾਂ ਮੈਨੂੰ ਤੇ ਪ੍ਰਚਾਰਕ ਜਿਹੜਾ ਹੈ ਅੱਜ ਦੇ ਜਮਾਨੇ 'ਚ ਕੋਈ ਧਰਮ ਪ੍ਰਚਾਰਕ ਜੇ ਮੈਂ ਦੇਖਣਾ ਚਾਹਾਂ ਤਾਂ ਮੈਨੂੰ ਕਿਤੇ ਕਿਤੇ ਕੋਈ ਇੱਕ ਅੱਧਾ ਪੋਟਿਆਂ ਦੇ ਉੱਤੇ ਕੋਈ ਗਨ ਲਈਏ ਤਾਂ ਬਹੁਤ ਕੋਈ ਬਹੁਤ ਵੱਡੀ ਅਤਕਥਨੀ ਨਹੀਂ ਹੋਏਗੀ ਪਰ ਲੇਕਿਨ ਪਰ ਧਰਮ ਪ੍ਰਚਾਰਕ ਨਹੀਂ ਮੈਨੂੰ ਦੇਖਦੇ ਅਸਲ ਦੇ ਵਿੱਚ ਜਿਹੜਾ ਧਰਮ ਪ੍ਰਚਾਰਕ ਆ ਉਸ ਨੂੰ ਕੀ ਚਾਹੀਦਾ ਸੀਗਾ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਦੇ ਵਿੱਚ ਪ੍ਰਚਾਰੇ ਕਿਉਂਕਿ ਫਿਰ ਉਹ ਧਰਮ ਪ੍ਰਚਾਰਕ ਆ ਲੇਕਿਨ ਧਰਮ ਪ੍ਰਚਾਰਕਾਂ ਨੇ ਕੀ ਕਰ ਦਿੱਤਾ ਉਹ ਤਾਂ ਐਕਟਿਵਿਸਟ ਵੀ ਹੋ ਗਏ ਉਹ ਹਿਸਟੋਰੀਅਨ ਵੀ ਹੋ ਗਏ ਤੇ ਉਹ ਜਿਹੜੇ ਨੇ ਉਹ ਤੁਹਾਡੇ ਮੋਟੀਵੇਸ਼ਨਲ ਸਪੀਕਰ ਵੀ ਹੋ ਗਏ ਇੱਕ ਹੀ ਬੰਦਾ ਸਾਰੇ ਹੀ ਕੰਮ ਕਰਨਾ ਚਾਹੁੰਦਾ ਇਦਾਂ ਤਾਂ ਹੋ ਨਹੀਂ ਸਕਦਾ ਕਿਉਂਕਿ ਜਿਹੜਾ ਬੰਦਾ ਹਿਸਟੋਰੀਅਨ ਹੈ ਹਿਸਟਰੀ ਜਿੰਨੇ ਜਿੰਨੇ ਹਿਸਟਰੀ ਦੀ ਖੋਜ ਕਰਨੀ ਆ ਨਾ ਹਿਸਟਰੀ ਨੂੰ ਲੋਕਾਂ ਦੇ ਸਾਹਮਣੇ ਖੋਜ ਕਰਕੇ ਲੈ ਕੇ ਆਉਣਾ ਉਹ ਤਾਂ ਐਕਟਿਵਿਸਟ ਬਣ ਸਕਦਾ ਹੈਗਾ ਕਿਉਂਕਿ ਉਹਨੇ ਉਹਦਾ ਕੰਮ ਆਏ ਉਹ ਐਕਟਿਵਿਸਟ ਜ਼ਰੂਰ ਹੋ ਸਕਦਾ ਜਾਂ ਕਈ ਐਕਟਿਵਿਸਟ ਇਦਾਂ ਦੇ ਨੇ ਕਿ ਜਿਹੜੇ ਜਿਹੜੇ ਧਰਮ ਨੂੰ ਅੱਗੇ ਲਿਜਾਣ ਵਾਸਤੇ ਐਕਟਿਵ ਹੁੰਦੇ ਨੇ ਉਹਨਾਂ ਕੋਲ ਸ੍ਰਿਸ਼ਟੀ ਦਾ ਕੁਝ 파ੜ ਤਾਂ ਹੁੰਦਾ ਲੇਕਿਨ ਸਾਰਾ ਨਹੀਂ ਹੋਏਗਾ ਤੇ ਉਹ ਤਕਰੀਬਨ ਤਕਰੀਬਨ ਉਹ ਐਕਟਿਵ ਤੌਰ ਦੇ ਉੱਤੇ ਧਰਮ ਨੂੰ ਅੱਗੇ ਲਿਜਾ ਰਹੇ ਹੁੰਦੇ ਨੇ ਲੇਕਿਨ ਧਰਮ ਪ੍ਰਚਾਰਕਾਂ ਨੇ ਕੀ ਕਰ ਦਿੱਤਾ ਬੜਾ ਵੱਡਾ ਰੋਲ ਇਹ 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 ਇੱਥੇ ਆ ਇਸ ਜਗ੍ਹਾ ਦੇ ਉੱਤੇ ਸਾਨੂੰ ਸੋਚਣ ਦੀ ਜ਼ਰੂਰਤ ਪੈਣੀ ਆ ਕਿਉਂਕਿ ਜਿਹੜਾ ਧਰਮ ਪ੍ਰਚਾਰਕ ਹੈ ਉਹ ਤਾਂ ਪਟਕ ਗਿਆ ਉਹ ਆਪ ਹੀ ਪਟਕ ਗਿਆ ਕੋਕਤੂ ਸਿੱਕੇ ਸਤਾਰਨ ਪ੍ਰਚਾਰਕ ਨੂੰ ਉਹ ਕਹ ਲਗਾ ਉਹ ਜਿਹੜੀਆਂ ਰੁਟੀਨ ਦੀਆਂ ਤੁਹਾਡੀਆਂ ਗੱਲਾਂ ਨੇ ਉਹਦੇ ਤੇ ਸਾਰਾ ਸਮਾਂ 30 ਮਿੰਟ ਦਾ ਉਹਦੀ ਕਥਾ 35 ਮਿੰਟ ਦੀ ਉਹਦੀ ਕਥਾ 40 ਮਿੰਟ ਦੀ ਕਥਾ ਜਾਂ 1 ਘੰਟੇ ਦੀ ਕਥਾ ਤੁਹਾਨੂੰ ਜਿਹੜੀਆਂ ਤੁਹਾਡੀਆਂ ਆਮ ਘਰ ਦੀਆਂ ਘਰੇਲੂ ਸਮੱਸਿਆਵਾਂ ਨੇ ਉਹ ਜਿਹੜੀਆਂ ਨੇ ਉਹਦੇ ਉੱਤੇ ਗੱਲ ਕਰਕੇ ਤੇ ਮਾਫ ਕਰਨਾ ਕਈਆਂ ਨੇ ਤਾਂ ਜਿਹੜੀਆਂ ਸਾਡੀਆਂ ਧਾਰਮਿਕ ਜਿਹੜੀਆਂ ਸਟੇਜਾਂ ਸੀ ਉਹਨਾਂ ਨੂੰ ਕਮੇਡੀਅਨ ਸਟੇਜਾਂ ਬਣਾ ਕੇ ਰੱਖ ਦਿੱਤਾ ਲੋਕ ਹੱਸ ਕੇ ਲੋਕ ਹਾਸੋਣੀਆਂ ਜੀਆਂ ਗੱਲਾਂ ਸੁਣ ਕੇ ਆਪਣੇ ਘਰ ਨੂੰ ਜਿਹੜੇ ਨੇ ਉਹ ਚਲੇ ਜਾਂਦੇ ਨੇ ਤੇ ਫਿਰ ਪ੍ਰਮਾਤਮਾ ਦਾ ਵਿੱਚ ਉੱਥੇ ਨਾਮ ਜਿਹੜਾ ਹੈ ਉਹ ਕਿੱਥੇ ਗਿਆ ਪ੍ਰਮਾਤਮਾ ਦਾ ਤੇ ਨਾਮ ਅਸੀਂ ਭੁੱਲ ਹੀ ਗਏ ਬੜੀ ਕਈ ਵਰੀ ਕਈ ਜਗ੍ਹਾ ਦੇ ਉੱਤੇ ਇਹ ਆਪਣੇ ਤੌਰ ਦੇ ਉੱਤੇ ਅਸੀਂ ਇਹ ਥੋੜੀ ਜੀ ਸ਼ਰਮ ਵੀ ਮਹਿਸੂਸ ਕਰਦੇ ਆ ਕਿ ਸਾਡੇ ਧਰਮ ਪ੍ਰਚਾਰਕਾਂ ਨੂੰ ਕੀ ਹੋ ਗਿਆ ਸਾਡੇ ਧਰਮ ਪ੍ਰਚਾਰਕ ਕੀ ਕਰਦੇ ਨੇ ਕਿਤੇ ਦੋ ਲੈਣਾ ਉਹ ਗਰਬਾਣੀ ਦੀਆਂ ਬੋਲਣਗੇ ਉਸ ਤੋਂ ਬਾਅਦ ਸਾਰੀਆਂ ਕਹਾਣੀਆਂ ਦਿਣ ਦੀਆਂ ਕੋਈ ਟੈਲੀਫੋਨਾਂ ਦੀਆਂ ਗੱਲਾਂ ਕਰ ਲੇਗਾ ਕੋਈ ਫਲਾਣੇ ਬੱਚਿਆਂ ਦੀਆਂ ਗੱਲਾਂ ਕਰ ਲੇਗਾ ਕੋਈ ਬਾਹਰ ਦੀਆਂ ਗੱਲਾਂ ਕਰ ਲੇਗਾ ਕੋਈ ਪੋਲੀਟੀਸ਼ੀਅਨਾਂ ਦੀਆਂ ਗੱਲਾਂ ਕਰ ਲੇਗਾ ਵੀ ਭਾਈ ਤੁਹਾਡਾ ਕੰਮ ਹੈ ਗਰਬਾਣੀ ਦਾ ਅਜ਼ਾਨ ਕਰਕੇ ਗਰਬਾਣੀ ਨੂੰ ਚੰਗੀ ਤਰ੍ਹਾਂ ਦੇ ਨਾਲ ਕੋਕ ਕਰਕੇ ਲੋਕਾਂ ਦੇ ਵਿੱਚ ਡਿਲੀਵਰ ਕਰਨਾ ਲੋਕਾਂ ਤੱਕ ਗਰਬਾਣੀ ਦੀ ਗੱਲ ਨੂੰ ਪਹੁੰਚਾਉਣਾ ਲੇਕਿਨ ਹੋਕ ਹੀ ਰਿਹਾ ਤੁਸੀਂ ਇਸ ਗੱਲ ਨਾਲ ਅਗਰ ਤੁਸੀਂ ਸਹਿਮਤ ਨਹੀਂ ਹੋ ਤੇ YouTube ਤੇ ਚਲੇ ਜਾਓ ਜਾਂ ਕਿਸੇ ਹੋਰ ਤੁਸੀਂ ਕਿਤੇ ਉਹ ਸੀਡੀ ਤੋਂ ਦੇਖ ਲਓ ਕਿਸੇ ਵੀਡੀਓ ਕਲੱਬ ਤੇ ਚਲੇ ਜਾਓ ਕਿਸੇ ਵੀਡੀਓ ਦੇ ਕੋਈ ਤੁਸੀਂ ਕਾਪੀ ਕੱਢ ਕੇ ਦੇਖ ਲਓ ਤੁਹਾਨੂੰ ਇਸ ਤੋਂ ਇਲਾਵਾ ਕੁਝ ਓਥੇ ਜੇ ਵੇਖਣ ਨੂੰ ਮਿਲ ਜੇਗਾ ਤਾਂ ਤਾਂ ਤੁਸੀਂ ਮੈਨੂੰ ਕਹਿ ਦਿਓ ਤੁਹਾਨੂੰ ਕੋਈ ਵੀ ਇਹੋ ਜੀ ਚੀਜ਼ ਚੜੀਓ ਉਹ ਨਹੀਂ ਮਿਲੂਗੀ ਧਰਮ ਪ੍ਰਚਾਰਕਾਂ ਤੋਂ ਜਦ ਕਿ ਧਰਮ ਪ੍ਰਚਾਰਕ ਦਾ ਕੰਮ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਦੀ ਕਥਾ ਕਰਕੇ ਪ੍ਰਾਪਰ ਤਰੀਕੇ ਦੇ ਨਾਲ ਉਹਦੇ ਉੱਤੇ ਇੱਕ ਇੱਕ ਲਾਈਨ ਨੂੰ ਸਮਝਾ ਕੇ ਆਪਣੇ ਵਿਸ਼ੇ ਨੂੰ ਪਟਕੰਦੀ ਵਜਾਏ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ بجائے ਕਨਸੈਂਟਰੇਟ ਕੀਤਾ ਜਾਵੇ ਸਾਡੀ ਤਾਂ ਅਗਲੀ ਜਿਹੜੀ ਜਨਰੇਸ਼ਨ ਆ ਉਦੇ ਤੱਕ ਤੁਸੀਂ ਗੱਲ ਜਿਹੜੀ ਉਹ ਡਿਲੀਵਰ ਕਰ ਸਕਦੇ ਹੋ ਜਦੋਂ ਤੁਸੀਂ ਇਹੋ ਜੀਆਂ ਗੱਲਾਂ ਜਾ ਕੇ ਉੱਥੇ ਕਰਦੇ ਹੋ ਜਿਹੜੀ ਅਗਲੀ ਜਨਰੇਸ਼ਨ ਆ ਉਹ ਤੇ ਇੰਨਾਂ ਚੀਜ਼ਾਂ ਨੂੰ ਫਿਰ ਵਾਪਸ ਜਾ ਰਹੀ ਆ ਉਹ ਲੋਕ ਕਹਿੰਦੇ ਨੇ ਕਿ ਇਹ ਕੀ ਗੱਲਾਂ ਕਰਦੇ ਨੇ ਬਹੁਤ ਵੱਡਾ ਗੰਭੀਰ ਜਿਹੜਾ ਹੈ ਉਹ ਮਸਲਾ ਇਸ ਤੇ ਅਸੀਂ ਗੱਲ ਵੀ ਨਹੀਂ ਕਰਦੇ ਜਾਂ ਅਸੀਂ ਇਹ ਸੋਚਦੇ ਆ ਕਿ ਇਸ ਦੇ ਉੱਤੇ ਗੱਲ ਨਾ ਕੀਤੀ ਜਾਵੇ ਕਿਸੇ ਕਿਸੇ ਦੇ ਮਨ ਨੂੰ ਜਿਹੜੀ ਉਹ ਠੇਸ ਪਹੁੰਚੇਗੀ ਪਰ ਕਿੱਥੇ ਕਿਸੇ ਨਾ ਕਿਸੇ ਨੂੰ ਤਾਂ ਇਹ ਗੱਲਾਂ ਜਿਹੜੀਆਂ ਨੇ ਕਰਨੀਆਂ ਪੈਣਗੀਆਂ ਸੌਖਾ ਜਿਹਾ ਕੰਮ ਹੋ ਜਾਂਦਾ ਮੀਡੀਆ ਵਾਸਤੇ ਜਦੋਂ ਅਸੀਂ ਸੌਖਾ ਜਿਹਾ ਚਾਰਕ ਗੱਲਾਂ ਇਧਰੋਂ ਦੀ ਇਧਰ ਦੀਆਂ ਕਰ ਦਿੱਤੀਆਂ ਚਾਰ ਕੋਧਰ ਦੀਆਂ ਕਰ ਦਿੱਤੀਆਂ ਤੇ ਜਿਹੜੇ ਅਸਲੀ ਤੇ ਸਹੀ ਤੇ ਸੈਂਸਿਟਿਵ ਮੁੱਦੇ ਨੇ ਉਹਨਾਂ ਨੂੰ ਅਸੀਂ ਛੇੜਿਆ ਨਾ ਕਿਉਂਕਿ ਅਸੀਂ ਕਈ ਵਾਰੀ ਇਸ ਚੀਜ਼ ਦੇ ਉੱਤੇ ਬੁਰੇ ਵੀ ਬਣਦੇ ਆ ਪਰ ਲੇਕਿਨ ਇਹ ਹੈ ਆਪੋ ਆਪਣਾ ਸਮਝਿਆ ਆਪੋ ਆਪਣਾ ਤਰੀਕਾ ਤੇ ਆਪੋ ਆਪਣੀ ਗੱਲ ਰੱਖਣ ਦਾ ਇੱਕ ਜਿਹੜੀ ਆਮ ਦੁਨੀਆ ਦੀ ਕਚੈਰੀ ਆ ਉਹਦੇ ਵਿੱਚ ਗੱਲ ਰੱਖਣ ਦਾ ਇੱਕ ਤਰੀਕਾ ਹੋਣਾ ਚਾਹੀਦਾ ਜਿਹਦੇ ਨਾਲ ਕਮ ਸੇ ਕਮ ਅਸੀਂ ਉਹ ਗੱਲਾਂ ਤਾਂ ਆਪਸ ਵਿੱਚ ਕਰ ਸਕੀਏ ਜਿਹੜੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਸਹੀ ਦਿਸ਼ਾ ਵੱਲ ਜਿਹੜੀਆਂ ਨੇ ਲੈ ਜਾਣ ਸੋ ਸਮਾਂ ਅੱਜ ਥੋੜਾ ਜਿਹਾ ਜ਼ਿਆਦਾ ਲਿਆ ਗਿਆ ਹੁਣ ਤਕਰੀਬਨ ਤਕਰੀਬਨ ਇਸ ਸੈਗਮੈਂਟ ਦਾ ਜਿਹੜਾ ਸਮਾਂ ਹੈ ਉਹ ਬਿਲਕੁਲ ਸਮਾਪਤੀ ਵਾਲਾ ਹੈ ਗੱਲਾਂ ਤਾਂ ਹੋਰ ਵੀ ਕੀਤੀਆਂ ਜਾ ਸਕਦੀਆਂ ਸਨ ਵਿਸ਼ਾ ਬਹੁਤ ਲੰਮਾ ਕਿਸੇ ਹੋਰ ਦਿਨ ਆਪਾਂ ਇਸ ਵਿਸ਼ੇ ਦੇ ਉੱਤੇ ਕੋਈ ਦੁਬਾਰਾ ਜਿਹੜਾ ਹੈ ਟੌਪਿਕ ਲੈ ਕੇ ਆਵਾਂਗੇ ਸੋ ਮੈਨੂੰ ਦੇ ਦਿਓ ਇੱਥੇ ਇਜਾਜ਼ਤ ਕੱਲ ਨੂੰ ਆਪਾਂ ਦੁਬਾਰਾ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਸਤਿ ਸ਼੍ਰੀ ਅਕਾਲ ਜੀ ਪੰਜਾਬੀਓ ਜਾਗਦੇ ਕੇ ਸੁੱਤੇ ਪੰਜਾਬੀਓ